ਲਓ ਭਾਜੀ ਇਹ ਜੇ ਦੁਨੀਆ ਜਿਹੜੀ 365 ਦਿਨਾਂ ਦੇ ਵਿੱਚ ਸਿਰਫ ਇੱਕ ਚੱਕਰ ਦਿੰਦੀ ਪਰ ਇਸ ਦੁਨੀਆ ਦੇ ਲੋਕੀ ਰੋਜ਼ਾਨਾ ਇੱਕ ਦੂਜੇ ਨੂੰ ਕਰੋੜਾਂ ਚੱਕਰ ਦਿੰਦੇ ਨੇ ਇਹਨਾਂ ਲੋਕਾਂ ਦਾ ਕੁਝ ਹੋਰ ਹੀ ਪਲਾਨ ਸੀ ਹਾਲਾਂਕਿ ਸਾਇੰਸਦਾਨਾਂ ਦਾ ਕਹਿਣਾ ਸੀ ਕਿ ਬਾਅਦੋਂ ਇੱਕ ਵੱਡਾ ਸਾਰਾ ਪੱਥਰ ਆਏਗਾ ਤੇ ਦੁਨੀਆ ਦੀ ਰੂਹ ਅਫਜ਼ਾ ਹੋ ਜਾਏਗੀ ਸੂਰਜ ਸਵਾਂ ਨੇਫੇ ਤੇ ਆ ਜਾਏਗਾ ਤੇ ਬੰਬ ਆਪਣੇ ਆਪ ਹੀ ਚੱਲ ਜਾਣਗੇ ਲੇਕਿਨ ਨਹੀਂ ਚైనా ਫਰਾਂਸ ਇੰਡੀਆ ਇਜ਼ਰਾਈਲ ਪਾਕਿਸਤਾਨ ਰਸ਼ੀਆ ਯੂਕੇ ਤੇ ਅਸੀਂ ਦੁਨੀਆ ਨੂੰ ਆਪਣੇ ਹੱਥੀ ਖਤਮ ਕਰਨ ਦਾ ਪਲਾਨ ਬਣਾ ਚੁੱਕਿਆ ਜਿੱਦੇ ਚੰਕਲ ਝਾੜੀ ਯਾਨੀ ਕਿ ਬੁਸ਼ ਸਾਹਿਬ ਅੱਗੇ ਨੇ ਇਹ ਤਾਂ ਪਲਾਨ ਸੀ ਕਿ ਪਾਕਿਸਤਾਨ ਇਚ ਨਾ ਖਾੜਨੂ ਚੀਨੀ ਮਿਲੇ ਤੇ ਨਾ ਹੀ ਜੱਫੀ ਪਾਣੂ ਚੀਨੀ ਮਿਲੇ ਇਹਨਾਂ ਨੂੰ ਫਿੱਕਾ ਕਰ ਦਿਓ ਇਹ ਆਪਣੇ ਲੋ ਮਜ਼ਾਇਲ ਸੁੱਟਣਗੇ ਚਾਇਨਾ ਤੇ ਤੇ ਜਾਪਾਨੀ ਕਹਿਣਗੇ ਓਏ ਉੱਠ ਕੇ ਖਲੋ ਜਾ ਮਜ਼ਾਇਲ ਆਂਡੇ ਮੈਂ ਮੋਰਚਾ ਠੱਕਿਆ ਵਾ ਤੇ ਫਰਾਂਸ ਵਾਲੇ ਕਹਿਣਗੇ ਬਾਜੀ ਜਿੰਨੇ ਮਸਾਇਲ ਹਿੰਡ ਮੈਂ ਤੇ ਆ ਨਾ ਮਜ਼ਾਇਲ ਚਲਾ ੜਿਓ ਓ ਮੇਰੇ ਕੰਮ ਦੇ ਆ ਰਹਿੰਦੇ ਬੇ ਜ਼ੁਬਾਨ ਹਿੰਡ ਤੋ ਕੋ ਬਦਵਾੜੇ ਸਨ ਉਡਾ ਦਿਓ ਦੁਨੀਆ ਤੇ ਅੰਨੀ ਪੈ ਜਾਏਗੀ ਤੇ ਆਸਟ੍ਰੇਲੀਆ ਸੋਚੀ ਪੈ ਜਾਏਗਾ ਉਦੋਂ ਪਾਕਿਸਤਾਨ ਇੰਡੀਆ ਤੇ ਹੱਥੀ ਪੈ ਜਾਏਗਾ ਤੇ ਮਜ਼ਾਇਲ ਇੰਜ ਫਿਰਨਗੇ ਜਿਵੇਂ ਪਾਰ ਮਗੋਂ ਠੰਡੀਆਂ ਛਾਵਾਂ ਤੇ ਇੰਗਲੈਂਡ ਕਹੇਗਾ ਵਾਟਸ ਯੋਰ ਪਲਾਨ ਜੋਸਫ ਜੋਸਫ ਸੋਚਦੇ ਹੋਏ ਚਲਾ ਦੇ ਫਿਰ ਤੇ ਯੂ ایس ਹਸਬੇ ਜ਼ਾਇਕਾ ਚਵਲ ਮਾਰਨ ਤੋਂ ਬਾਅਦ ਸੋਚੇਗਾ ਕਿ ਮੈਂ ਕੀ ਕਰ ਬੈਠਾ ਤੇ ਕੈਨੇਡਾ ਕਹੇਗਾ ਅੱਲਾ ਤਾ ਵੱਡੀ ਕੀ ਹੁਣ ਸਿਆਲ ਕੋਟੋਂ ਲੱਕੜ ਦੀ ਮੰਗਾ ਕੇ ਦਿਓ ਇਹ ਦੇਖ ਕੇ ਆਸਟ੍ਰੇਲੀਆ ਹੋਰ ਸੋਚੇ ਚ ਪੈ ਜਾਏਗਾ ਇਸ ਤਰੀਕ ਨੂੰ ਮਰੀਖ ਸਾਡੇ ਤੇ ਹੱਸੇਗਾ ਤੇ ਬੈਰੂਨੀ ਆਫਤਾਂ ਵੀ ਸਾਨੂੰ ਮੂੰਹ ਨਹੀਂ ਲਾਣਗੀਆਂ ਉਦਾ ਇਹਨਾਂ ਨੂੰ ਠੰਡ ਨਹੀਂ ਪੈਣੀ ਬੰਬਾਂ ਦੇ ਨਾਲ ਦੁਨੀਆ 'ਚ ਇੰਨੀ ਠੰਡ ਪੈਗੀ ਕਿ ਇਹਨਾਂ ਨੂੰ ਠੰਡ ਪੈ ਜਾਏਗੀ ਆਸਟ੍ਰੇਲੀਆ ਕਹੇਗਾ ਲੜੀ ਜਾਓ ਮਰੀ ਜਾਓ ਮੇਰੇ ਕਾਂਗਰੂ ਨੂੰ ਠੰਡ ਪਰ ਦੁਨੀਆ ਲੜ ਲੜ ਕੇ ਮਰ ਜਾਏਗੀ ਤੇ ਆਸਟ੍ਰੇਲੀਆ ਸੋਚ-ਸੋਚ ਕੇ ਮਰ ਜਾਏਗਾ ਕਿ ਹੋਇਆ ਕੀ ਏ ਅਗਰ ਇਸੇ ਤਰ੍ਹਾਂ ਮਰਨਾ ਹੈ ਤਾਂ ਫਿਰ ਠੀਕ ਹੈ ਸੋਚिए ਲੇਕਿਨ ਅਗਰ ਜੀਣਾ ਚਾਹਤੇ ਹਨ ਤਾਂ ਬਤਾਈਏ ਵਾਟਸ ਯੂਰ ਪਲਾਨ